ਮਾਂ ਦੀਆਂ ਅੱਖਾਂ ਸਾਹਮਣੇ ਵਪਾਰੀ ਪੁੱਤ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਮਾਂ ਦੇਖੋ ਕਿਵੇਂ ਹਾੜੇ ਕੱਢ ਰਹੀ ਹੈ ਕਿ ਮੇਰੇ ਪੁੱਤ ਨੂੰ ਗੋਲੀਆਂ ਨਾ ਮਾਰੋ। ਨਾਲ ਦੀ ਨਾਲ ਵਪਾਰੀ ਦੀ ਪਤਨੀ ਅਤੇ ਬੱਚੇ ਵੀ ਮੌਜੂਦ ਸੀ ਤਾਂ ਵਪਾਰੀ ਆਪਣੇ ਪਰਿਵਾਰ ਦੇ ਨਾਲ ਕਿਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਨੂੰ ਇਹ ਨਹੀਂ ਪਤਾ ਸੀ ਕਿ ਉਸਦਾ ਗੈਂਗਸਟਰਾਂ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ, ਸ਼ਾਰਪ ਸ਼ੂਟਰਾਂ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ। ਉਹ ਕਿਸੇ ਥਾਂ 'ਤੇ ਰੁਕਦਾ ਹੈ ਜਿੱਥੇ ਫਰੈਸ਼ ਹੁੰਦੇ ਨੇ ਸਾਰੇ ਅਤੇ ਮੁੜ ਆਪਣੀ ਗੱਡੀ ਦੇ ਵਿੱਚ ਜਦ ਵਪਾਰੀ ਵਾਪਸ ਜਾ ਕੇ ਬੈਠਦਾ ਹੈ ਪਿੱਛੋਂ ਇੱਕ ਚਿੱਟੇ ਰੰਗ ਦੀ ਸਵਿਫਟ ਆਉਂਦੀ ਹੈ ਜਿਸ ਦੇ ਵਿੱਚ ਤਿੰਨ ਨਾਬਾਲਿਗ ਮੁੰਡੇ ਸਵਾਰ ਹੁੰਦੇ ਨੇ ਜਿਹੜੇ ਕਿ ਬਾਲ ਸੁਧਾਰ ਕਿਰਾਏ ਤੋਂ ਭੱਜੇ ਹੋਏ ਹੁੰਦੇ ਨੇ। ਇਹਨਾਂ ਨੂੰ ਰੋਹਿਤ ਗੁਦਾਰਾ ਜੋ ਕਿ ਗੈਂਗਸਟਰ ਹੈ ਕੁਖਿਆਤ ਉਸਦੇ ਵੱਲੋਂ ਸੁਪਾਰੀ ਦਿੱਤੀ ਜਾਂਦੀ ਹੈ ਅਤੇ ਵੀਡੀਓ ਕਾਲ 'ਤੇ ਗੱਲ ਕਰਕੇ ਰੋਹਿਤ ਗੁਦਾਰਾ ਇਹਨਾਂ ਨੂੰ ਸਾਰੀ ਇਨਫੋਰਮੇਸ਼ਨ ਦਿੰਦਾ ਹੈ ਵਪਾਰੀ ਦੇ ਬਾਰੇ। ਅਤੇ ਇਹ ਤਿੰਨਾਂ ਜਣਿਆਂ ਦੇ ਵਿੱਚੋਂ ਦੋ ਜਣੇ ਬਾਲ ਸੁਧਾਰ ਗ੍ਰਹਿ ਤੋਂ ਭੱਜੇ ਹੋਏ ਸਨ ਅਤੇ ਇੱਕ ਰੋਹਿਤ ਗੁਦਾਰਾ ਦਾ ਖਾਸ ਹੁੰਦਾ ਹੈ ਤਾਂ ਤਿੰਨਾਂ ਦੇ ਵੱਲੋਂ ਉਸ 'ਤੇ ਤਾੜ ਤਾੜ ਕਰਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਮਾਂ ਦੀਆਂ ਅੱਖਾਂ ਸਾਹਮਣੇ ਪੁੱਤ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਰੋਹਤਕ ਦੇ ਵਪਾਰੀ ਕਤਲ ਮਾਮਲੇ ਦੇ ਵਿੱਚ ਇੱਕ ਨਵੀਂ CCTV ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਾਂ ਦੇ ਸਾਹਮਣੇ ਹੀ ਵਪਾਰੀ ਦੇ ਗੋਲੀਆਂ ਮਾਰ ਰਹੇ ਨੇ ਬਦਮਾਸ਼। 29 ਫਰਵਰੀ ਨੂੰ ਇਹ ਵਪਾਰੀ ਦਾ ਕਤਲ ਹੋਇਆ ਸੀ, ਵਪਾਰੀ ਦੇ ਬੱਚੇ ਅਤੇ ਪਤਨੀ ਵੀ ਨਾਲ ਮੌਜੂਦ ਨੇ। ਹਾਲਾਂਕਿ ਪਤਨੀ ਪਿੱਛੇ ਨੂੰ ਭੱਜਦੀ ਹੋਈ ਦਿਖਾਈ ਦਿੱਤੀ ਹੈ ਪਰ ਮਾਂ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਗੋਲੀ ਵੀ ਸੀਨੇ 'ਤੇ ਲੈਣ ਨੂੰ ਤਿਆਰ ਸੀ ਤਾਂ ਦੇਖੋ ਕਿਵੇਂ ਜਾ ਕੇ ਸਿੱਧੀ ਪਹਿਲਾਂ ਹਾੜੇ ਕੱਢਦੀ ਹੈ ਫਿਰ ਮਾਂ ਦੇ ਵੱਲੋਂ ਇਹਨਾਂ ਸ਼ੂਟਰਾਂ ਨੂੰ ਧੱਕੇ ਵੀ ਦਿੱਤੇ ਜਾਂਦੇ ਨੇ ਪਰ ਸ਼ੂਟਰ ਆਪਣਾ ਕੰਮ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਰੋਹਤਕ ਦੇ ਵਪਾਰੀ ਦਾ ਕਤਲ ਕਾਂਡ ਜਿਹੜਾ ਹੈ ਉਸਦੀ CCTV ਸਾਹਮਣੇ ਆ ਗਈ ਹੈ। ਤੁਹਾਨੂੰ ਦੱਸ ਦਈਏ ਕਿ ਗੁਰੂਗ੍ਰਾਮ ਦੇ ਸਕ੍ਰੈਪ ਕਾਰੋਬਾਰੀ ਸਨ ਸਚਿਨ ਮੁੰਜਾਲ ਜਿਨ੍ਹਾਂ ਦੀ ਹੱਤਿਆ ਕੀਤੀ ਗਈ ਇਸ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਨੇ ਜੋ ਉਹਨਾਂ ਦੇ ਵੱਲੋਂ ਇਹ ਹੱਤਿਆ ਕੀਤੀ ਗਈ ਉਹਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ। ਤਾਂ ਦੱਸ ਦਈਏ ਕਿ ਗੈਂਗਸਟਰ ਰੋਹਿਤ ਗੁਦਾਰਾ ਨੇ ਸਚਿਨ ਮੁੰਜਾਲ ਜੋ ਕਿ ਵਪਾਰੀ ਨੇ ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਤਾਂ ਦੱਸ ਦਈਏ ਕਿ ਜਿਨ੍ਹਾਂ ਦੇ ਵੱਲੋਂ ਇਹ ਫਾਇਰ ਕੀਤੇ ਗਏ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਦੋਨੇ ਨਾਬਾਲਗ ਦੱਸੇ ਜਾ ਰਹੇ ਨੇ ਅਤੇ ਤੀਜਾ ਸਾਥੀ ਜਿਹੜਾ ਹੈ ਉਹ ਰੋਹਿਤ ਗੁਦਾਰਾ ਦਾ ਹੈ ਅਤੇ ਉਹ ਹਾਲੇ ਤੱਕ ਫਰਾਰ ਹੈ ਅਤੇ ਬਾਕੀ ਦੋਨੇ ਨਾਬਾਲਗ ਫੜ ਲਏ ਗਏ ਨੇ ਅਤੇ ਇਹਨਾਂ ਨੂੰ ਹੁਣ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਕਸਟਡੀ ਦੇ ਵਿੱਚ ਕੈਦ ਨੇ ਦੋਨੇ ਅਤੇ ਇਹਨਾਂ ਨੂੰ ਹੁਣ ਜਦ ਇਹਨਾਂ ਦੀ ਉਮਰ ਪੂਰੀ ਹੋ ਜਾਵੇਗੀ ਜਦ ਇਹ ਬਾਲਗ ਹੋ ਜਾਣਗੇ ਤਾਂ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਤਾਂ ਵੱਡੀ ਖਬਰ ਹੈ ਸਚਿਨ ਮੁੰਜਾਲ ਦੇ ਕਤਲ ਕਾਂਡ ਦੀ CCTV ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਪਾਰੀ ਦੇ ਪਰਿਵਾਰ ਸਾਹਮਣੇ ਹੀ ਉਸ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ।